ਅੱਛਾ ਜੀ ਪੰਜਾਬ ਦਾ ਬਜਟ ਆਇਆ ਤੇ ਤੁਸੀਂ ਸਾਰਿਆਂ ਨੇ ਦੇਖਿਆ ਹੋਣਾ ਤੇ ਕੁਝ ਮੋਟੀਆਂ ਗੱਲਾਂ ਤੁਹਾਨੂੰ ਮੈਂ ਦੱਸਣ ਜਾ ਰਿਹਾ ਹਾਂ ਪਹਿਲੀ ਵਾਰ ਹੀ ਪੰਜਾਬ ਬਜਟ 2 ਲੱਖ ਕਰੋੜ ਤੋਂ ਜ਼ਿਆਦਾ ਕਰਜ ਵਧ ਕੇ 3.53 ਲੱਖ ਕਰੋੜ ਹੋਇਆ ਤੇ ਮਹਿਲਾਵਾਂ ਨੂੰ ਹਰ ਮਹੀਨੇ 1000 ਰੁਪਏ ਦੀ ਕੋਸ਼ਟਾ ਜਿਹੜੀ ਉਹ ਨਹੀਂ ਕੀਤੀ ਗਈ ਸੋ ਜੀ ਗੱਲ ਕਰਨ ਜਾ ਰਹੇ ਹਾਂ ਅੱਜ ਵਿੱਤ ਮੰਤਰੀ ਚੀਮਾ ਜਿਹੜੇ ਉਹਨਾਂ ਨੇ ਜਿਹੜਾ ਬਜਟ ਪੇਸ਼ ਕੀਤਾ ਉਹਨਾਂ ਨੇ ਕਿਹਾ ਕਿ ਲੋਕਾਂ ਦੇ ਪੱਖਸ਼ ਦੇ ਵਿੱਚ ਬਜਟ ਨਹੀਂ ਲਗਾਇਆ ਨਵਾਂ ਟੈਕਸ 85% ਗਾਰੰਟੀਆਂ ਪੂਰੀਆਂ ਤੇ ਬਾਜਵਾ ਨੇ ਕਿਹਾ ਕਿ ਖਰਚੇ ਦੇ ਵਿੱਚ ਡੋਵਿਆ ਪੰਜਾਬ ਪੰਜਾਬ ਸਰਕਾਰ ਦਾ ਤੀਸਰਾ ਬਜਟ ਪੇਸ਼ ਕਰਨ ਤੋਂ ਬਾਅਦ ਰਾਜ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਮੀਡੀਆ ਦੇ ਰਿਪੋਰਟ ਹੋਏ ਉਹਨਾਂ ਨੇ ਕਿਹਾ ਕਿ ਅੱਜ ਦੇ ਬਜਟ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਨਵਾਂ ਟੈਕਸ ਨਹੀਂ ਲਗਾਇਆ ਗਿਆ ਇਹ ਬਜਟ ਲੋਕਾਂ ਦੇ ਪੱਖ ਦੇ ਵਿੱਚ ਆ ਇਹਦੇ ਵਿੱਚ ਪੰਜਾਬ ਦੀ ਐਜੂਕੇਸ਼ਨ ਮੈਡੀਕਲ ਐਗਰੀਕਲਚਰ ਇਨਫਰਾਸਟ੍ਰਕਚਰ ਨੂੰ ਧਿਆਨ ਦੇ ਵਿੱਚ ਰੱਖਿਆ ਗਿਆ ਹੈ ਵਿਧਾਨ ਸਭਾ ਚੋਣਾਂ ਦੇ ਵਿੱਚ ਉਹਨਾਂ ਦੀ ਪਾਰਟੀ ਤਰਫ ਗਰੰਟੀਆਂ ਦਿੱਤੀਆਂ ਗਈਆਂ ਉਹਦੇ ਵਿੱਚ 85 ਫੀਸਦੀ ਪੂਰੀਆਂ ਕਰਤੀਆਂ ਗਈਆਂ ਜਿੱਥੇ ਤੱਕ ਇੱਕ ਵੱਡੀ ਗਰੰਟੀ ਰਹਿ ਗਈ ਆ ਉਹਨੂੰ ਵੀ ਜਲਦ ਪੂਰਾ ਕਰਤਾ ਜਾਏਗਾ ਹਾਲਾਂਕਿ ਉਸ ਗਰੰਟੀ ਦਾ ਨਾਂ ਨਹੀਂ ਦੱਸਿਆ ਗਿਆ ਦੂਸਰੀ ਤਰਫ ਵਿਰੋਧੀ ਧਿਰ ਨੇ ਅੱਜ ਦੇ ਬਜਟ ਨੂੰ ਖੋਖਲਾ ਦੱਸਿਆ ਹੈ ਉਹਨਾਂ ਦਾ ਕਹਿਣਾ ਹੈ ਕਿ ਬਜਟ ਦੇ ਵਿੱਚ ਕੁਝ ਵੀ ਨਿਆ ਨਹੀਂ ਆ ਸਿਰਫ ਸਰਕਾਰ ਨੇ ਰਾਜ ਨੂੰ ਕਰਜ਼ੇ ਦੇ ਵਿੱਚ ਡੋਬਿਆ ਹੈ ਅੱਛਾ ਫਿਰ ਉਹ ਇਹ ਤਾਂ ਗੱਲ ਹੈ ਕਰਜ਼ਾ ਵਧਿਆ ਲੇਕਿਨ ਇੱਕ ਗੱਲ ਇਹ ਵੀ ਆ ਕਿ ਕਰਜ਼ਾ ਜੇ ਵਧਿਆ ਆ ਤਾਂ ਇਸ ਤੋਂ ਕੋਈ ਦੋ ਰਾਏ ਨਹੀਂ ਹੈਗੀ ਕਿ ਆਮ ਆਦਮੀ ਪਾਰਟੀ ਨੇ ਜਿਹੜੀਆਂ ਫੈਸਿਲਟੀਆਂ ਦਿੱਤੀਆਂ ਆ ਤੁਸੀਂ ਜਾ ਕੇ ਚੈੱਕ ਕਰਿਓ ਤੇ ਪਹਿਲਾਂ ਜਿਹੜਾ ਇੰਨਾ ਕਰਜ਼ ਸਰਕਾਰ ਲੈਂਦੀ ਰਹੀ ਉਹ ਫੈਸਿਲਟੀਆਂ ਜਿਹੜੀਆਂ ਕਿੱਥੇ ਗਈਆਂ ਕਿੱਥੇ ਗਿਆ ਉਹ ਪੈਸਾ ਜਿਹੜਾ ਪਹਿਲਾਂ ਸਰਕਾਰਾਂ ਤੋਂ ਕਰਜ਼ਾ ਲਿਆ ਗਿਆ ਸੋ ਇਹ ਆਮ ਆਦਮੀ ਦੇ ਦਿਮਾਗ ਦੇ ਵਿੱਚ ਸਵਾਲ ਜ਼ਰੂਰ ਆਂਦਾ ਆ ਤੁਸੀਂ ਵੀ ਸੋਚ ਵਿਚਾਰ ਕੇ ਦੇਖਿਓ ਸੋ ਜੀ 1 ਘੰਟਾ 20 ਮਿੰਟ ਜਿਹੜਾ ਉਹ ਸਪੀਚ ਚੱਲੀ 180 ਕਰੋੜ ਦੇ ਵਿੱਚ ਖਰੀਦੇ ਗਏ ਥਰਮਲ ਪਲਾਂਟ ਨੂੰ ਸਰਕਾਰ ਦੀ ਉਪਲੱਬਧੀ ਦੱਸਿਆ ਉਹਨਾਂ ਨੇ ਕਿਹਾ ਕਿ ਫੂਡ ਸਪਲਾਈ ਦੇ ਲਈ 172 ਕਰੋੜ ਦਾ ਬਜਟ ਰੱਖਿਆ ਗਿਆ ਹੈ ਘਰ-ਘਰ ਰਾਸ਼ਨ ਵਹਈਆ ਕਰਵਾਉਣ ਦੇ ਲਈ 250 ਕਰੋੜ ਦਾ ਬਜਟ ਰੱਖਿਆ ਗਿਆ ਹੈ 800 ਮਾਡਲ ਉਚਿਤ ਮੁੱਲਿਆ ਦੁਕਾਨਾਂ ਖੋਲੀਆਂ ਜਾਣਗੀਆਂ ਤੇ ਉਹਨਾਂ ਦੀ ਸਰਕਾਰ ਨੇ ਅਸਲ ਕਰਜ਼ ਜਿਹੜਾ ਉਹ ਘਟ ਕੀਤਾ ਹੈ ਇਹਦੇ 4% ਤੱਕ ਦੀ ਕਟੌਤੀ ਕੀਤੀ ਗਈ ਆ ਸੋ ਜੀ ਸਵਾਸਥਿਆ ਨੂੰ ਲੈ ਕੇ 5264 ਕਰੋੜ ਬਜਟ ਦਾ 3.6% ਕਾਨੂੰਨ ਤੇ ਨਿਆਏ 10523 ਕਰੋੜ 7.2% ਖੇਤੀਬਾੜੀ 13764 9.37 ਕਰੋੜ ਤੇ ਸਿੱਖਿਆ 16987 ਕਰੋੜ 11.5 ਪ੍ਰਤੀਸ਼ਤ ਬਜਟ ਦਾ ਸੋ ਜੀ ਵਿੱਤ ਮੰਤਰੀ ਜੀਮਾ ਨੇ ਕਿਹਾ ਕਿ ਉਹ ਅਲੱਗ-ਅਲੱਗ ਵਿਭਾਗਾ ਦੀ ਟੈਕਸ ਚੋਰੀ ਦਾ ਜਿਹੜਾ ਉਹਨੂੰ ਰੋਕ ਕੇ ਰਹਿਵੇਂ ਨੂੰ ਵਿਧਾਨ ਸਭਾ ਦੇ ਵਿੱਚ ਜੁਟੇ ਆ ਜੀਐਸਟੀ ਤੋਂ ਲੈ ਕੇ ਐਕਸਾਈਜ਼ ਤੱਕ ਜਿਹੜਾ ਉਹ ਵਧਿਆ ਆ ਉਹਨਾਂ ਨੇ ਆਕਾਲੀ ਦਲ ਬਾਜਵਾ ਦੇ ਉੱਤੇ ਭਾਜਪਾ ਦੇ ਉੱਤੇ ਕਾਂਗਰਸ ਦੇ ਸਮੇਂ ਦੇ ਆંકੜੇ ਵੀ ਜਿਹੜੇ ਮੀਡੀਆ ਨੂੰ ਦੱਸੇ ਤੇ ਗੱਲ ਸਰਕਾਰ ਨੇ ਜਿਹੜਾ ਸਮੇਂ GST ਘਾਟੇ ਸੀ ਗੱਲ ਲੇਕਿਨ ਸਾਡੀ ਸਰਕਾਰ ਦੇ ਸਮੇਂ ਇਹ ਤੇਜ਼ੀ ਦੇ ਨਾਲ ਵਧ ਰਿਹਾ ਆ ਸੋ ਜੀ ਨੇਤਾ ਪ੍ਰਤੀਪੱਖ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਬਜਟ ਦੇ ਵਿੱਚ ਕੁਝ ਨਵਾਂ ਨਹੀਂ ਆ ਇਸ ਸਰਕਾਰ ਦੀ ਵਜ੍ਹਾ ਦੇ ਨਾਲ ਰਾਜ ਕਰਜ਼ੇ ਦੇ ਵਿੱਚ ਡੁੱਬ ਗਿਆ ਆ 2 ਸਾਲ ਦੇ ਵਿੱਚ ਸਰਕਾਰ ਦਾ ਕਰਜ਼ਾ 67000 ਕਰੋੜ ਤੋਂ ਵੱਧ ਗਿਆ ਆ ਹਿਮਾਚਲ ਤੇ ਗੁਜਰਾਤ ਚੋਣ ਸਮੇਂ ਜਿਹੜੀ ਗੋਲਡ ਪੈਨਸ਼ਨ ਸਕੀਮ ਦੀ ਘੋਸ਼ਣਾ ਕੀਤੀ ਸੀ ਲੇਕਿਨ ਹਜੇ ਤੱਕ ਕੁਝ ਨਹੀਂ ਦਿੱਤਾ ਮਹਿਲਾਵਾਂ ਨੂੰ ਨਕਲੀ ਦੇਣ ਦੀ ਘੋਸ਼ਣਾ ਵੀ ਹਵਾ ਜੀ ਆ ਸੋ ਕਾਂਗਰਸ ਪ੍ਰਧਾਨ ਬਰਿੰਦਰ ਸਿੰਘ ਰਾਜਾ ਬੜਿੰਗ ਨੇ ਕਿਹਾ ਕਿ ਆ ਆਇਦਾ ਬਜਟ ਪੂਰੀ ਤਰ੍ਹਾਂ ਫਰਜੀ ਆ ਇਹਦੇ ਚ ਨਾ ਕਿਸੇ ਵਿਸ਼ੇਸ਼ ਤੇ ਨਾ ਹੀ ਪੰਜਾਬ ਦੇ ਲਈ ਕੁਝ ਹੈਗਾ ਆ ਇਹਦੇ ਚ ਦੱਸਣ ਨੂੰ ਕੁਝ ਵੀ ਨਵਾਂ ਨਹੀਂ ਆ ਉਹਨਾਂ ਨੇ ਫ੍ਰਿਸ਼ਟੇ ਸਕੀਮ ਮੈਡੀਕਲ ਕਾਲਜਾਂ ਸਮੇਤ ਕਈ ਚੀਜ਼ਾਂ ਦੇ ਉੱਤੇ ਸਵਾਲ ਜਿਹੜੇ ਉਹ ਚੱਕੇ ਆ ਸੋ ਜੀ ਕਾਂਗਰਸ ਦੇ ਸੀਨੀਅਰ ਨੇਤਾ ਨਵਜੋਤ ਸਿੰਘ ਸਿੱਧੂ ਨੇ ਬਜਟ ਨੂੰ ਲੈ ਕੇ ਸਰਕਾਰ ਨੂੰ ਕਿਰਿਆ ਆ ਉਹਨਾਂ ਨੇ ਕਿਹਾ ਕਿ ਬਜਟ ਨੇ ਚਿੰਤਾ ਵਧਾ ਦਿੱਤੀ ਹੈ ਉਧਾਰੀ ਪਿਛਲੀ ਵਿੱਤੀ ਵਰਸ਼ ਦੇ 36000 ਕਰੋੜ ਤੋਂ ਵੱਧ ਕੇ 38331 ਕਰੋੜ ਹੋਣ ਦਾ ਅਨੁਮਾਨ ਆ ਸੋ ਜੀ ਭਾਜਪਾ ਪ੍ਰਧਾਨ ਸੁਰੇਲ ਜਾਖੜ ਨੇ ਪੰਜਾਬ ਸਰਕਾਰ ਦੇ ਬਜਟ ਨੂੰ ਕਿਸਾਨ ਸਮਾਜ ਦੇ ਪਿੱਠ ਤੇ ਵਿੱਚ ਇੱਕ taraf ਜਿਹੜਾ ਉਹ ਛੂਰਾ ਖੋਪਣ ਵਾਲੀ ਜਿਹੜੀ ਉਹ ਗੱਲ ਕਹੀ ਆ ਤੇ ਮੰਨ ਲਿਆ ਕਿ ਸਰਕਾਰ ਇੱਕ ਵਾਰੀ ਫਿਰ ਫਸਲ ਵਿਵਿधीਕਰਨ ਪੂਜਲ ਸੁਰੱਖਣ ਤੇ ਆਏ ਸਮਰਥਨ ਦੇ ਬੇहद ਜ਼ਰੂਰੀ ਮੁੱਦੇ ਦਿੱਤਾ ਉੱਤੇ ਕਿਸਾਨਾਂ ਦੀ ਚਿੰਤਾਵਾਂ ਨੂੰ ਦੂਰ ਕਰਨ ਦੇ ਵਿੱਚ ਵਿਫਲ ਰਹੀ ਹੈ ਸੋ ਚੈੱਕ ਕਰ ਲਿਓ ਜੀ ਇਹ ਖਬਰ ਜਿਹੜੀ ਉਹ ਆਈ ਆ ਸਾਰੀ ਬਜਟ ਸੈਸ਼ਨ ਦੇਖਿਓ ਫਿਰ ਤੁਹਾਨੂੰ ਜਿਹੜੀ ਉਹ ਗੱਲ ਚੰਗੀ ਤਰ੍ਹਾਂ ਸਮਝ ਲੱਗੇਗੀ